ਕਿ ਜਦੋਂ ਵੀ ਆਪਣਾ ਝੋਨਾ ਗੋਭ ਭਰਨ ਲੱਗ ਜਾਵੇ ਉਸ ਸਮੇਂ ਦੇ ਉੱਤੇ ਝੋਨੇ ਦੀ ਫਸਲ ਦੇ ਵਿੱਚ ਇੱਕ ਭਰਮਾ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਕੀ ਹੈ ਕਿਸਾਨ ਵੀਰੋ, ਕਿ ਜਦੋਂ ਆਪਾਂ ਇੱਕ ਭਰਮਾ ਪਾਣੀ ਦੇਵਾਂਗੇ ਉਹਦੇ ਨਾਲ ਇੱਕ ਤਾਂ ਝੋਨੇ ਦੇ ਵਿੱਚ ਪੱਤੇ ਨਹੀਂ ਕਮਲਾਉਣਗੇ ਤੇ ਦੂਸਰਾ ਉਹ ਪਾਣੀ ਮਿੱਟੀ ਦੇ ਵਿੱਚ ਘੁਲ ਕੇ ਨਾਲ ਆਪਦੇ ਖੁਰਾਕ ਲੈ ਕੇ ਉੱਪਰ ਪਹੁੰਚੂਗਾ, ਜਿਹਦੇ ਨਾਲ ਉਹਨੂੰ ਖੁਰਾਕ ਦੀ ਘਾਟ ਨਾ ਆਊਗੀ, ਗਰਭ ਦੀ ਅਵਸਥਾ ਦੇ ਵਿੱਚ ਗੋਹ ਦੇ ਵਿੱਚ ਜਿਹੜਾ ਆਪਣਾ ਨਸਾਰਾ ਉਹ ਇਕਸਾਰ ਹੋਊਗਾ। ਕਿਉਂਕਿ ਝੋਨਾ ਇੱਕ ਐਸੀ ਫਸਲ ਹੈ ਜਿਹਦੇ ਸਿਰਫ ਔਰ ਸਿਰਫ ਆਪਾਂ ਨੂੰ ਦਾਣੇ ਲੋੜੀਂਦੇ ਨੇ, ਜੋ ਇਹਦਾ ਪਰਾਲ ਹੈ ਉਹ ਆਪਣੇ ਕਿਸੇ ਕੰਮ ਦੇ ਵਿੱਚ ਨਹੀਂ ਆਉਂਦਾ, ਆਪਾਂ ਨੂੰ ਚਾਹੀਦੇ ਹੈ ਜੀ ਇਹਦੇ ਸਿਰਫ ਦਾਣੇ। ਇਸ ਕਰਕੇ ਆਪਾਂ ਜੋ ਆਪਦਾ ਫੋਕਸ ਸਾਰਾ ਜ਼ੋਰ ਹੈ ਉਹ ਇਹਦੇ ਦਾਣਿਆਂ ਦੇ ਉੱਪਰ ਅੱਜ ਲਾਵਾਂਗੇ। ਇਹ ਤਕਨੀਕ ਦੀ ਆਪਾਂ ਪੋਟਾਸ਼ ਦੀ ਗੱਲ ਕਰ ਰਹੇ ਹਾਂ ਜੀ, ਉਹ ਹੈਗਾ ਫਾਇਰੋ ਰੋਡਾਸ਼। ਰੋਡਾਸ਼ ਇਹਦਾ ਨਾਮ ਕਿੱਥੋਂ ਆਇਆ, ਇੱਕ ਰੋਡੋਫਾਈਟ ਪੋਟਾਸ਼ ਹੈ। ਰੋਡੋਫਾਈਟ ਪੋਟਾਸ਼ ਇੱਕ ਨਵੀਂ ਤਕਨੀਕ, ਨਵੇਂ ਜ਼ਮਾਨੇ ਦੀ ਆਪਾਂ ਇਹਨੂੰ ਪੋਟਾਸ਼ ਕਹਿ ਸਕਦੇ ਹਾਂ। ਕਿਸਾਨ ਵੀਰੋ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਹਰਜੋਤ ਸਿੰਘ। ਆਪਾਂ ਅੱਜ ਝੋਨੇ ਦੀ ਫਸਲ ਦੇ ਬਾਰੇ ਵਿੱਚ, ਮੌਜੂਦਾ ਸਟੇਜ ਦੇ ਉੱਤੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਆਪਣੇ ਕਰਨ ਵਾਲੀਆਂ ਜੋ ਲੋੜਾਂ ਪੂਰੀਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਜਿਵੇਂ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਕਿ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਆਪਣਾ ਜੋ ਝੋਨਾ ਜੋ ਝੋਨੇ ਦੀ ਫਸਲ ਹੈ ਉਹ ਗੋਭ ਭਰਨੀ ਤਿਆਰ ਕਰ ਦੂਗੀ। ਗੋਭ ਭਰਨੀ ਦਾ ਮਤਲਬ ਹੈ ਕਿ ਗਰਭ ਭਰਨਾ। ਗਰਭ ਭਰਨਾ ਮੀਨਸ ਕਿ ਅਗਲੇ ਆਪਦੀ ਕੁੱਲ ਵਾਸਤੇ ਬੀਜ ਤਿਆਰ ਕਰਨੇ ਸ਼ੁਰੂ ਕਰ ਦੂਗੀ। ਉਹ ਝੋਨਾ ਜੋ ਆਪਾਂ ਅਨਾਜ ਦੇ ਤੌਰ ਤੇ ਵਰਤਦੇ ਹਾਂ, ਇਸ ਝੋਨੇ ਦੇ ਬੂਟੇ ਲਈ ਇਹਦੇ ਉਹ ਬੀਜ ਨੇ ਜਿਹਨੇ ਅਗਲੀ ਕੁੱਲ ਤਿਆਰ ਕਰਨੀ ਹੈ, ਇਹ ਆਪਣੇ ਬੀਜ ਤਿਆਰ ਕਰਨੇ ਸ਼ੁਰੂ ਕਰ ਦੂਗਾ। ਕਿਸਾਨ ਵੀਰੋ, ਆਪਾਂ ਝੋਨੇ ਦੇ ਵਿੱਚ ਖਾਦ ਖੁਰਾਕ ਜੋ ਪਾਉਣੀ ਸੀ ਉਹ 45 ਦਿਨਾਂ ਤੇ ਤਕਰੀਬਨ ਬੰਦ ਕਰ ਚੁੱਕੇ ਆ ਸਾਰੇ ਕਿਸਾਨ ਵੀਰ। ਜਦੋਂ ਝੋਨਾ ਗਰਭ ਭਰਨ ਲੱਗ ਗਿਆ, ਗੋਭ ਭਰਨ ਲੱਗ ਗਿਆ, ਜਿਵੇਂ ਕਿ ਇਨਸਾਨੀ ਸਰੀਰ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ ਔਰਤਾਂ ਗਰਭ ਭਰਦੀਆਂ ਨੇ ਉਸ ਸਮੇਂ ਦੇ ਉੱਤੇ ਉਹਨੂੰ ਖਾਦ ਖੁਰਾਕ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਪੰਜੀਰੀ ਵਗੈਰਾ ਵੱਖਰੀਆਂ ਵੱਖਰੀਆਂ ਤਰੀਕੇ ਦੀ ਆਪਾਂ ਖੁਰਾਕਾਂ ਦਿੰਦੇ ਹਾਂ। ਇਸੇ ਤਰੀਕੇ ਜਦੋਂ ਝੋਨਾ ਗਰਭ ਭਰਦਾ, ਗੋਭ ਭਰਦਾ, ਇਹਦੀ ਵੀ ਖਾਦ ਖੁਰਾਕ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਕਿਉਂਕਿ ਝੋਨਾ ਇੱਕ ਐਸੀ ਫਸਲ ਹੈ ਜਿਹਦੇ ਸਿਰਫ ਔਰ ਸਿਰਫ ਆਪਾਂ ਨੂੰ ਦਾਣੇ ਲੋੜੀਂਦੇ ਨੇ, ਜੋ ਇਹਦਾ ਪਰਾਲ ਹੈ ਉਹ ਆਪਣੇ ਕਿਸੇ ਕੰਮ ਦੇ ਵਿੱਚ ਨਹੀਂ ਆਉਂਦਾ, ਆਪਾਂ ਨੂੰ ਚਾਹੀਦੇ ਹੈ ਜੀ ਇਹਦੇ ਸਿਰਫ ਦਾਣੇ। ਇਸ ਕਰਕੇ ਆਪਾਂ ਜੋ ਆਪਦਾ ਫੋਕਸ ਸਾਰਾ ਜ਼ੋਰ ਹੈ ਉਹ ਇਹਦੇ ਦਾਣਿਆਂ ਦੇ ਉੱਪਰ ਅੱਜ ਲਾਵਾਂਗੇ। ਤੁਹਾਡੇ ਦੇ ਨਾਲ ਕੁਛ ਤਜਰਬੇਕਾਰ ਬਜ਼ੁਰਗ ਕਿਸਾਨ ਵੀਰ ਇਸ ਵੀਡੀਓ ਨੂੰ ਦੇਖ ਵੀ ਰਹੇ ਹੋਣਗੇ, ਤੁਹਾਡੇ ਘਰ ਪਰਿਵਾਰ ਦੇ ਵਿੱਚ ਤੁਹਾਡੇ ਆਲੇ ਦੁਆਲੇ ਜੋ ਕਿਸਾਨ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਨੇ ਉਹ ਵੀ ਹੋਣਗੇ, ਤੁਸੀਂ ਉਹਨਾਂ ਨਾਲ ਵੀ ਜੇ ਗੱਲ ਸਾਂਝੀ ਕਰੋਗੇ ਤਾਂ ਤੁਹਾਨੂੰ ਉਹ ਤਜਰਬਾ ਦੱਸਣਗੇ ਕਿ ਜਦੋਂ ਵੀ ਆਪਣਾ ਝੋਨਾ ਗੋਭ ਭਰਨ ਲੱਗ ਜਾਵੇ ਉਸ ਸਮੇਂ ਦੇ ਉੱਤੇ ਝੋਨੇ ਦੀ ਫਸਲ ਦੇ ਵਿੱਚ ਇੱਕ ਭਰਮਾ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਕੀ ਹੈ ਕਿਸਾਨ ਵੀਰੋ, ਕਿ ਜਦੋਂ ਆਪਾਂ ਇੱਕ ਭਰਮਾ ਪਾਣੀ ਦੇਵਾਂਗੇ ਉਹਦੇ ਨਾਲ ਇੱਕ ਤਾਂ ਝੋਨੇ ਦੇ ਵਿੱਚ ਪੱਤੇ ਨਹੀਂ ਕਮਲਾਉਣਗੇ ਤੇ ਦੂਸਰਾ ਉਹ ਪਾਣੀ ਮਿੱਟੀ ਦੇ ਵਿੱਚ ਘੁਲ ਕੇ ਨਾਲ ਆਪਦੇ ਖੁਰਾਕ ਲੈ ਕੇ ਉੱਪਰ ਪਹੁੰਚੂਗਾ, ਜਿਹਦੇ ਨਾਲ ਉਹਨੂੰ ਖੁਰਾਕ ਦੀ ਘਾਟ ਨਾ ਆਊਗੀ, ਗਰਭ ਦੀ ਅਵਸਥਾ ਦੇ ਵਿੱਚ ਗੋਹ ਦੇ ਵਿੱਚ ਜਿਹੜਾ ਆਪਣਾ ਨਸਾਰਾ ਉਹ ਇਕਸਾਰ ਹੋਊਗਾ। ਇਸੇ ਤਰੀਕੇ ਜੇ ਆਪਾਂ ਖੁਰਾਕ ਦੀ ਗੱਲ ਕਰੀਏ ਤਾਂ ਗੋਭ ਦੇ ਵਿੱਚ ਝੋਨੇ ਦੀ ਫਸਲ ਨੂੰ ਸਭ ਤੋਂ ਮੁੱਖ ਲੋੜੀਂਦੀ ਜੋ ਖੁਰਾਕ ਹੈ ਉਹ ਪੋਟਾਸ਼ ਗਿਣੀ ਗਈ ਹੈ ਜੀ। ਪੋਟਾਸ਼ ਇੱਕ ਐਸਾ ਤੱਤ ਹੈ ਜੋ ਕਿ ਝੋਨੇ ਨੂੰ ਕਈ ਪੱਖਾਂ ਤੋਂ ਮਜ਼ਬੂਤ ਕਰਦਾ। ਸਭ ਤੋਂ ਪਹਿਲਾਂ ਆਪਾਂ ਪੋਟਾਸ਼ ਵਰਤਦੇ ਕਿਉਂ ਆ? ਸਭ ਤੋਂ ਪਹਿਲੀ ਉਹ ਪੋਟਾਸ਼ ਵਰਤਣ ਦਾ ਕਾਰਨ ਹੈ, ਆਪਾਂ ਕਹਿੰਦੇ ਹਾਂ ਕਿ ਦਾਣੇ ਦੀ ਕੁਆਲਿਟੀ ਦੇ ਉੱਤੇ ਕੰਮ ਕਰਦੀ ਹੈ ਜੀ। ਪੋਟਾਸ਼ ਦਾਣੇ ਦੀ ਕੁਆਲਿਟੀ ਬਣਾਉਂਦੀ ਹੈ।
ਉਹ ਬਣਦੀ ਕਿਵੇਂ ਆ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਦਾ। ਝੋਨੇ ਦੇ ਵਿੱਚ ਪੋਟਾਸ਼ ਦੀ ਅਗਰ ਤੁਸੀਂ ਵਰਤੋਂ ਕਰਦੇ ਹੋ ਤਾਂ ਪੋਟਾਸ਼ ਤੁਹਾਡੇ ਝੋਨੇ ਦੀ ਫਸਲ ਦੀ ਕਲੋਰੋਫਿਲ ਦੀ ਮਾਤਰਾ ਨੂੰ ਵਧਾ ਦੂਗਾ। ਤਾਂ ਹੀ ਤੁਸੀਂ ਦੇਖਿਆ ਹੋਊਗਾ ਪੋਟਾਸ਼ ਦੀ ਵਰਤੋਂ ਦੇ ਨਾਲ ਝੋਨੇ ਦੀ ਫਸਲ ਹਲਕੇ ਕਾਲਾ ਰੰਗ ਜੋ ਹਰਾ ਰੰਗ ਹੈ ਉਹਨੂੰ ਥੋੜਾ ਵੱਧ ਦਿਸਣ ਲੱਗ ਜਾਂਦਾ। ਕਲੋਰੋਫਿਲ ਵਧਣ ਦੇ ਨਾਲ ਕੀ ਹੋਊਗਾ ਕਿ ਤੁਹਾਡੇ ਖੇਤ ਦੇ ਵਿੱਚ ਫੋਟੋਸਿੰਥੈਸਿਸ ਪ੍ਰਕਾਸ਼ ਸੰਸ਼ਰਣ ਕਿਰਿਆ ਜੋ ਹੁੰਦੀ ਹੈ ਫੋਟੋਸਿੰਥੈਸਿਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਵਾਧਾ ਹੋ ਜਾਊਗਾ। ਫੋਟੋਸਿੰਥੈਸਿਸ ਜੋ ਖਾਣਾ ਭੋਜਨ ਬਣਾਉਣ ਦੀ ਜੋ ਕਿਰਿਆ ਝੋਨੇ ਦੇ ਬੂਟੇ ਦੀ ਜੇ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਨਾਲ ਤੁਹਾਡੇ ਝੋਨੇ ਦੇ ਖੇਤ ਦੇ ਵਿੱਚ ਗਲੂਕੋਜ਼ ਦੀ ਮਾਤਰਾ ਵੱਧ ਪੈਦਾ ਹੋਊਗੀ। ਜੇਕਰ ਤੁਹਾਡਾ ਗਲੂਕੋਜ਼ ਜਦੋਂ ਹੀ ਵੱਧ ਗਿਆ, ਗਲੂਕੋਜ਼ ਸਿੱਧੇ ਸਿੱਧਾ ਸ਼ੂਗਰ ਵਧਾਉਂਦਾ ਜੋ ਕਿ ਆਪਣੇ ਦਾਣਿਆਂ ਦੇ ਵਿੱਚ ਭਰਨੀ ਹੁੰਦੀ ਹੈ। ਇਹੀ ਇੱਕ ਕਾਰਨ ਹੈ ਜਿਹਦੇ ਕਰਕੇ ਪੋਟਾਸ਼ ਨੂੰ ਇੱਕ ਲੋੜੀਂਦਾ ਤੱਤ ਮੰਨਿਆ ਗਿਆ ਫਲ ਦੀ ਕੁਆਲਿਟੀ ਬਣਾਉਣ ਵਾਸਤੇ। ਇਹ ਤੁਸੀਂ ਸਟੈਪ ਸਮਝੋ, ਪੋਟਾਸ਼ ਦੀ ਵਰਤੋਂ ਕੀਤੀ, ਉਹਨੇ ਕਲੋਰੋਫਿਲ ਵਧਾਈ, ਕਲੋਰੋਫਿਲ ਵਧਣ ਦੇ ਨਾਲ ਤੁਹਾਡੀ ਫੋਟੋਸਿੰਥੈਸਿਸ ਤੇਜ਼ ਹੋਗੀ, ਫੋਟੋਸਿੰਥੈਸਿਸ ਤੇਜ਼ ਹੋਣ ਦੇ ਨਾਲ ਤੁਹਾਡੀ ਗਲੂਕੋਜ਼ ਪੈਦਾ ਜ਼ਿਆਦਾ ਹੋਣ ਲੱਗ ਗਿਆ। ਗਲੂਕੋਜ਼ ਨੇ ਕੀ ਕੱਢਿਆ, ਜਿਹਨੂੰ ਆਪਾਂ ਸਕਰੋਸ ਵੀ ਕਹਿੰਦੇ ਹਾਂ, ਸਕਰੋਸ ਜਾ ਕੇ ਦਾਣਿਆਂ ਦੇ ਵਿੱਚ ਭਰੂਗੀ, ਉਹਦੇ ਨਾਲ ਤੁਹਾਡੇ ਦਾਣੇ ਵਜ਼ਨਦਾਰ ਮੋਟੇ ਬਣਨਗੇ ਤੇ ਦੂਸਰਾ ਜਿਹੜੇ ਤੁਹਾਡੇ ਝੋਨੇ ਦੇ ਦਾਣੇ ਹੋਣਗੇ ਉਹਨਾਂ ਦੇ ਵਿੱਚ ਸ਼ਾਈਨਿੰਗ ਦੇ ਕੁਆਲਿਟੀ ਹੈ ਜਿਹੜੀ ਉਹ ਦੇਖਣ ਨੂੰ ਜ਼ਿਆਦਾ ਮਿਲੂਗੀ। ਇਸੇ ਤਰਜ਼ ਦੇ ਉੱਤੇ ਚੱਲਦਿਆਂ ਹੋਇਆਂ ਬਹੁਤ ਹੀ ਕਿਸਾਨ ਵੀਰ ਪੋਟਾਸ਼ ਦੀ ਪੂਰਤੀ ਕਰਨ ਵਾਸਤੇ ਵੱਖੋ ਵੱਖਰੇ ਤਰੀਕੇ ਦੇ ਪ੍ਰੋਡਕਟ ਵੀ ਉਹਦੇ ਰਵਾਇਤੀ ਤਰੀਕਿਆਂ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹਦੇ ਵਿੱਚ ਆਮ ਤੌਰ ਤੇ ਆਪਾਂ ਫਰਟੀਲਾਈਜ਼ਰ ਪੋਟਾਸ਼ ਆ ਜਿਹੜੀ ਉਹਦੀ ਇਸ ਸਮੇਂ ਦੇ ਉੱਤੇ ਸਪਰੇ ਆ ਜਿਹੜੀ ਉਹ ਚਾਲੂ ਕਰ ਦਿੰਦੇ ਆ। ਉਹਦਾ ਇੱਕ ਬਹੁਤ ਵੱਡਾ ਡਰਾਬੈਕ ਹੈ, ਇੱਕ ਕਮੀ ਉਹਦੇ ਵਿੱਚ ਕੀ ਹੈ ਕਿ ਉਹਨੂੰ ਤੁਸੀਂ ਕਿਸੇ ਵੀ ਹੋਰ ਕੈਮੀਕਲ ਦੇ ਨਾਲ ਰਲਾ ਕੇ ਸਪਰੇ ਨਹੀਂ ਕਰ ਸਕਦੇ। ਆਮ ਤੌਰ ਤੇ ਇਸ ਸਮੇਂ ਤੇ ਆਪਾਂ ਫੰਜੀਸਾਈਡ ਇਨਸੈਕਟੀਸਾਈਡ ਸਪਰੇ ਕਰਵਾ ਰਹੇ ਹੁੰਦੇ ਆ, ਪਰ ਆਪਾਂ ਉਹ ਜਿਹੜੀ ਪੋਟਾਸ਼ ਹੈ ਜੋ ਫਰਟੀਲਾਈਜ਼ਰ ਰੂਪ ਦੇ ਵਿੱਚ ਆਉਂਦੀ ਹੈ ਉਹਨੂੰ ਉਹਦੇ ਵਿੱਚ ਮਿਕਸ ਨਹੀਂ ਕਰ ਪਾਉਂਦੇ, ਤਾਂ ਆਪਾਂ ਨੂੰ ਅਲੱਗ ਤੋਂ ਸਪਰੇ ਕਰਨੀ ਪੈਂਦੀ ਹੈ ਜਾਂ ਫਿਰ ਬਹੁਤੇ ਕਿਸਾਨ ਵੀਰ ਉਹਦੀ ਸਪਰੇ ਨੂੰ ਛੱਡ ਜਾਂਦੇ ਨੇ। ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ, ਨਵੀਂ ਤਕਨੀਕ ਆ ਰਹੀ ਹੈ, ਉਹਨਾਂ ਨਵੀਆਂ ਤਕਨੀਕਾਂ ਦੇ ਆਧਾਰ ਦੇ ਉੱਪਰ ਹੁਣ ਨਵੇਂ ਰੂਪ ਦੀ ਇੱਕ ਪੋਟਾਸ਼ ਆ ਗਈ ਹੈ। ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਕਿ ਜੋ ਨਵੇਂ ਤਕਨੀਕ ਦੀ ਆਪਾਂ ਪੋਟਾਸ਼ ਦੀ ਗੱਲ ਕਰ ਰਹੇ ਹਾਂ ਜੀ, ਉਹ ਹੈਗਾ ਫਾਇਰੋ ਰੋਡਾਸ਼। ਰੋਡਾਸ਼ ਇਹਦਾ ਨਾਮ ਕਿੱਥੋਂ ਆਇਆ, ਇੱਕ ਰੋਡੋਫਾਈਡ ਪੋਟਾਸ਼ ਹੈ। ਰੋਡੋਫਾਈਡ ਪੋਟਾਸ਼ ਇੱਕ ਨਵੀਂ ਤਕਨੀਕ, ਨਵੇਂ ਜ਼ਮਾਨੇ ਦੀ ਆਪਾਂ ਇਹਨੂੰ ਪੋਟਾਸ਼ ਕਹਿ ਸਕਦੇ ਹਾਂ। ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਇੱਕ ਪਾਊਡਰ ਫਾਰਮ ਦੇ ਵਿੱਚ ਪੋਟਾਸ਼ ਹੈ। ਰੋਡਾਸ਼ ਜੋ ਰੋਡੋਫਾਈਡ ਪੋਟਾਸ਼ ਵੀ ਆਪਾਂ ਕਹਿੰਦੇ ਹਾਂ, ਜੋ ਆਪਾਂ ਗੱਲਬਾਤ ਕਰ ਰਹੇ ਸੀ ਪੋਟਾਸ਼ ਦੇ ਨਾਲ ਕੀ ਆਪਣੇ ਬੂਟੇ 'ਚ ਫਾਇਦੇ ਹੋਣਗੇ, ਸਾਰੇ ਹੀ ਫਾਇਦੇ ਤੁਸੀਂ ਰੋਡਾਸ਼ ਦੀ ਸਪਰੇ ਕਰਕੇ ਲੈ ਸਕਦੇ ਹੋ। ਸਭ ਤੋਂ ਵੱਡਾ ਫਾਇਦਾ ਰਵਾਇਤੀ ਪੋਟਾਸ਼ ਵਰਤਣ ਨਾਲੋਂ ਤੁਹਾਨੂੰ ਇਹਦੇ ਵਿੱਚ ਕੀ ਮਿਲੇਗਾ ਕਿ ਰੋਡਾਸ਼ ਨੂੰ ਤੁਸੀਂ ਕਿਸੇ ਵੀ ਕੈਮੀਕਲ ਦੇ ਵਿੱਚ ਮਿਕਸ ਕਰਕੇ ਸਪਰੇ ਕਰ ਸਕਦੇ ਹੋ, ਚਾਹੇ ਤੁਸੀਂ ਇਨਸੈਕਟੀਸਾਈਡ ਸਪਰੇ ਕਰ ਰਹੇ ਹੋ, ਚਾਹੇ ਤੁਸੀਂ ਇੱਕ ਫੰਜੀਸਾਈਡ ਸਪਰੇ ਕਰ ਰਹੇ ਹੋ। ਸ਼ਰਤ ਇੱਕ ਹੈ ਕਿ ਘੋਲ ਵੱਖੋ ਵੱਖਰੇ ਬਣਾ ਕੇ ਆਪਾਂ ਇਹਦਾ ਸਪਰੇ ਆ ਜਿਹੜਾ ਉਹ ਕਰਾਂਗੇ। 200 ਗ੍ਰਾਮ ਰੋਡਾਸ਼ 1 ਕਿੱਲੇ ਦੇ ਵਿੱਚ ਘੱਟੋ ਘੱਟ 150 ਲੀਟਰ ਪਾਣੀ ਦੇ ਨਾਲ ਆਪਾਂ ਸਪਰੇ ਕਰਨਾ। ਇਸ ਤਰੀਕੇ ਦੇ ਸਪਰੇ ਕਰੋਗੇ ਤਾਂ ਕਿਸਾਨ ਵੀਰੋ ਤੁਹਾਡੇ ਖੇਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੋਟਾਸ਼ ਤੱਤ ਦੀ ਘਾਟ ਨਹੀਂ ਆਊਗੀ ਤੇ ਤੁਹਾਡੀ ਜਿਹੜੀ ਝੋਨੇ ਦੀ ਫਸਲ ਹੈ ਉਹਦੇ ਵਿੱਚ ਦਾਣੇ ਦੀ ਕੁਆਲਿਟੀ, ਉਹਦਾ ਸਾਈਜ਼ ਹੋਰ ਵਧੂਗਾ ਤੇ ਐਂਡ ਫੈਂਡ ਤੁਹਾਨੂੰ ਇੱਕ ਚੰਗਾ ਝਾੜ ਹੈ ਜਿਹੜਾ ਉਹ ਮਿਲੂਗਾ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ
ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਕਰੋ, ਜੁੜੇ ਰਹੋ ਕਿਸਾਨ ਵੀਰੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਜਵਾਨ ਜੈ ਕਿਸਾਨ।